ਡਿਪਟੀ ਕਮਿਸ਼ਨਰ ਲੁਧਿਆਣਾ ਸਾਹਿਬ ਦੇ ਜ਼ਰੀਏ ਇੱਕ ਮੰਗ ਪੱਤਰ ਸੌਂਪਿਆ ਹੈ ਜੋ ਕਿ ਮੁੱਖ ਮੰਤਰੀ ਪੰਜਾਬ ਅਤੇ ਵਿਧਾਨ ਸਭਾ ਸਪੀਕਰ ਸਾਹਿਬ ਨੂੰ ਭੇਜਿਆ ਜਾਵੇਗਾ ਕਿ ਪੰਜਾਬ ਸੂਬੇ ਦੇ ਵਿੱਚ ਖਸਖਸ ਸਫੈਦ ਚਿੱਟੀ ਦੀ ਕਾਸ਼ਤ ਨੂੰ ਸ਼ੁਰੂ ਕਰਵਾਉਣ ਲਈ ਇੱਕ ਵਾਈਟ ਪੇਪਰ ਲੈ ਕੇ ਆਇਆ ਜਾਵੇ ਜਿਹਦੇ 'ਤੇ ਬਿੱਲ ਲਿਆ ਕੇ ਪੂਰੇ ਪੰਜਾਬ ਦੀ ਵੋਟਿੰਗ ਕਰਵਾ ਲਿੱਤੀ ਜਾਵੇ। ਇੱਕ ਫਾਰਮ ਛਾਪ ਕੇ ਯੂਨੀਵਰਸਿਟੀਆਂ, ਡਿਸਪੈਂਸਰੀਆਂ, ਐਗਰੀਕਲਚਰ ਡਿਪਾਰਟਮੈਂਟ, ਹੈਲਥ ਸਿਸਟਮ ਕੋਲ ਭੇਜ ਦਿੱਤੇ ਜਾਣ। ਜੇ ਵੱਧ ਜਨਤਾ ਉਹਨੂੰ ਹਾਂ ਕਹਿੰਦੀ ਆ ਤਾਂ ਹਾਂ ਕਰ ਦੇਵੇ, ਜੇ ਨਾ ਕਹਿੰਦੀ ਆ ਤਾਂ ਨਾ ਕਰ ਦੇਵੇ। ਸਰਕਾਰ ਆਪਣੇ ਸਿਰ 'ਤੇ ਨਹੀਂ ਲੈਣਾ ਚਾਹੁੰਦੀ ਵੀ ਅਸੀਂ ਨਸ਼ਿਆਂ ਦੀ ਖੁੱਲ ਕਰਦੇ ਹਾਂ, ਪਰ ਸਰਕਾਰ ਹੁਣ ਮੈਡੀਕਲ ਸੈਂਟਰਾਂ ਦੇ ਵਿੱਚ ਨਸ਼ਾ ਛੱਡਣ ਲਈ ਨਸ਼ੇ ਦੀਆਂ ਚਿੱਟੀਆਂ ਗੋਲੀਆਂ ਜੀਭ ਥੱਲੇ ਰੱਖਣ ਲਈ ਦਿੰਦੀ ਆ ਜਾਂ ਹੋਰ, ਇਹ ਕੋਈ ਸਥਾਈ ਢੰਗ ਨਹੀਂ ਹੈ। ਸਥਾਈ ਢੰਗ ਕਰਨ ਲਈ ਪ੍ਰੈਕਟੀਕਲ ਤੌਰ 'ਤੇ 12 ਸੂਬਿਆਂ ਦੇ ਵਾਂਗ ਪੰਜਾਬ 'ਚ ਵੀ ਖਸਖਸ ਸਫੈਦ ਦੀ ਕਾਸ਼ ਸ਼ੁਰੂ ਹੋਣੀ ਚਾਹੀਦੀ ਆ। ਅੱਜ ਅਸੀਂ ਡਿਪਟੀ ਕਮਿਸ਼ਨਰ ਲੁਧਿਆਣਾ ਸਾਹਿਬ ਦੇ ਮੈਮੋਰੰਡਮ ਦੇ ਕੇ ਸ਼ੁਰੂਆਤ ਕੀਤੀ ਆ, ਹੁਣ ਵੱਖ ਵੱਖ ਜ਼ਿਲ੍ਹਿਆਂ ਦੇ DC ਸਾਹਿਬਾਨ ਨੂੰ ਮੰਗ ਪੱਤਰ ਸੌਂਪਿਆ ਜਾਵੇਗਾ ਅਤੇ ਜਲਦੀ ਹਲਕਾ ਦੇ ਜਿੰਨੇ ਪੰਜਾਬ ਦੇ 117 ਹਲਕੇ ਨੇ ਸਾਰੀਆਂ ਸਬ ਡਿਵੀਜ਼ਨਾਂ ਦੇ ਵਿੱਚ SDM ਸਾਹਿਬ ਦੇ ਜ਼ਰੀਏ ਇਹ ਮੰਗ ਪੱਤਰ ਮੁੱਖ ਮੰਤਰੀ ਅਤੇ ਸਪੀਕਰ ਸਭਾ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੂੰ ਭੇਜਿਆ ਜਾਵੇਗਾ। ਜਵਾਨੀ ਕਿਸਾਨੀ ਖੇਤੀ ਭਵਿੰਨਤਾ ਝੋਨਾ ਬੀਜਣ ਦੀ ਲੋੜ ਹੀ ਹੈ ਨਹੀਂ, ਜਵਾਨੀ ਇਸ ਤਰ੍ਹਾਂ ਬਚੇਗੀ। ਹੁਣ ਜਿਹੜਾ ਕਿ ਚਿੱਟੇ ਦਾ ਨਸ਼ਾ ਵਾ ਜਾਂ ਹੋਰ ਸਬਸਟੀਟਿਊਟ ਕੀ ਆ, ਉਹਦਾ ਬਦਲਾਓ ਕੀ ਆ ਵੀ ਮੈਡੀਕਲ ਜਿਹੜੇ ਜ਼ਿਆਦਾ ਨਸ਼ੇ ਦੇ ਆਦੀ ਹੋ ਗਏ ਆ ਉਹਨਾਂ ਨੂੰ ਸਰਕਾਰ ਸਿਵਲ ਹੋਸਪਿਟਲ ਦੇ ਜ਼ਰੀਏ ਜਿਵੇਂ ਪਹਿਲਾਂ ਪਰਮਿਟ ਬਣਾ ਕੇ ਦਿੰਦੀ ਸੀ 5 ਗ੍ਰਾਮ 7 ਗ੍ਰਾਮ, ਉਹਨੂੰ ਫੀਮ ਅਲਾਟ ਕਰੇ। ਜਿਵੇਂ ਬੜੀਆਂ ਅਰਬ ਕੰਪਨੀਆਂ ਪੂੰਜੀਪਤੀਆਂ ਦੀਆਂ ਮੈਡੀਕਲ ਕੰਪਨੀਆਂ ਵਾ, ਉਹ ਮੈਡੀਕਲ ਕੰਪਨੀ ਅਰਬਾਂ ਰੁਪਇਆ ਕਮਾ ਰਹੀਆਂ ਵਾ, ਸਾਡੀ ਪਾਬੰਦੀ ਲਗਾ ਕੇ ਸਾਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ। ਡਾਕਟਰ ਆਫ ਦਾ ਰਿਕਾਰਡ ਕਹਿ ਦਿੰਦੇ ਆ ਤੁਹਾਨੂੰ ਰੰਗ ਦਾ ਅਟੈਕਾਂ ਦਾ ਜਾਂ ਹਾਰਟ ਦੀ ਪ੍ਰੋਬਲਮ ਆ, ਥੋੜ੍ਹੀ ਜਿਹੀ ਕੱਢ ਕੇ ਮੂੰਹ 'ਚ ਪਾ ਲਓ, ਪਰ ਡਾਕਟਰ ਕਦੇ ਉਹ ਦੁਕਾਨ ਨਹੀਂ ਦੱਸਦਾ ਜਿੱਥੋਂ ਮਿਲੂਗੀ, ਮਿਲੂਗੀ 2 ਨੰਬਰ 'ਚ, ਤੁਹਾਡੇ ਕੋਲ ਹੋਊਗੀ, ਤੁਸੀਂ ਅੰਦਰ ਹੋ ਜਾਓਗੇ। ਇਹੋ ਜਿਹੇ ਦੋਹਰੇ ਕਾਨੂੰਨਾਂ ਨੂੰ ਥੋਪ ਕੇ ਕਦ ਤੱਕ ਪੰਜਾਬ ਨਾਲ ਮਰਤਰੀ ਮਾਂ ਦਾ ਵਿਰਤਕਾ ਕੀਤਾ ਜਾਊਗਾ। ਇਹ ਹੁਣ ਲੀਡਰਾਂ ਨੂੰ ਜਾਗਣਾ ਚਾਹੀਦਾ, ਉਹ ਜੇਕਰ ਬਲੈਕ ਇਹਨਾਂ ਦੇ ਬੰਦਿਆਂ ਦੀ ਹੁੰਦੀ ਹੈ, ਇਹਨਾਂ ਦੀ ਹੁੰਦੀ ਆ, ਕੱਲ੍ਹ ਨੂੰ ਠੇਕੇ ਵੀ ਇਹਨਾਂ ਨੂੰ ਮਿਲਣੇ ਆ, ਠੇਕੇ ਸਾਨੂੰ ਬਣੂ। 60% ਕੈਦੀ ਜੇਲ੍ਹਾਂ 'ਚੋਂ ਬਾਹਰ, ਆਰਥਿਕ ਜੇ ਤੌਰ 'ਤੇ ਮਜ਼ਬੂਤੀ, ਪੁਲਿਸ ਦੀ ਘੱਟ ਨਫਰੀ ਦੀ ਸਮੱਸਿਆ ਦਾ ਹੱਲ, ਝੋਨਾ ਬੀਜਣ ਦੀ ਲੋੜ ਨਹੀਂ, ਕਣਕ ਦੇ ਨਾਲ ਇੱਕੋ ਹੀ ਵੱਟਾਂ 'ਤੇ ਤਿਆਰ ਹੋ ਜਾਣਾ ਨੇ, ਸਬਜ਼ੀਆਂ ਹੋਰ ਦਾਲਾਂ ਬੀਜੀਆਂ ਜਾਣਗੀਆਂ ਜਿਹਦੇ ਰੇਟ ਘਟਣਗੇ, ਖੇਤੀ ਭਵਿੰਨਤਾ 4.5 ਲੱਖ ਰੁਪਏ ਪ੍ਰਤੀ ਕੁਇੰਟਲ ਜਦੋਂ ਕਿਸਾਨ ਨੂੰ ਮਿਲੂਗਾ, ਕੋਈ ਕਿਸਾਨ ਖੁਦਕੁਸ਼ੀ ਕਿਉਂ ਕਰੂਗਾ, ਕੋਈ ਸਾਂਝੀ ਗਰੀਬ ਮਜ਼ਦੂਰ ਕਿਵੇਂ ਭੁੱਖਾ ਰਹਿ ਜੂਗਾ, ਸਾਡੀਆਂ ਤਾਂ ਜੇਲ੍ਹਾਂ ਭਰੀਆਂ ਪਈਆਂ, ਮਾਨਯੋਗ ਅਦਾਲਤਾਂ ਦਾ ਸਮਾਂ ਬਚੂਗਾ। ਠੀਕ ਹੈ।